ਹੜ੍ਹਾਂ ਦੀ ਮਾਰ ਕਣ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬੀਤੇ ਦਿਨੀ ਪੰਜਾਬ ਦੇ ਮੁੱਖ ਸਕੱਤਰ ਨੇ ਵੀ ਜਿਹੜੇ ਕੇਂਦਰੀ ਦੌਰੇ ਕਰਨਾਈ ਟੀਮ ਆਈ ਸੀ ਉਹਨੂੰ ਵੀ ਉਹਨਾਂ ਦੇ ਸਾਹਮਣੇ ਪੰਜਾਬ ਦੇ ਤੱਥ ਰਕਲੇ ਇਕਲ ਜਿਹੜੀ ਗੱਲ ਆ ਕਿ ਪੰਜਾਬ ਦੇ ਵਿੱਚ ਕਰੀਬ 6.5 ਲੱਖ ਫਸਲ ਬਰਬਾਦ ਹੋਈ ਆ ਤਬਾਹ ਹੋਈ ਆ 54 ਮਨੁੱਖੀ ਜਾਨਾਂ ਗਈਆਂ ਨੇ 27000 ਪਸ਼ੂ ਮਰੇ ਨੇ ਤੇ ਹੜ੍ਹਾਂ ਦੌਰਾਨ 488 ਥਾਵਾਂ ਤੇ ਪਾੜ ਪਏ ਨੇ ਇਹ ਜਿਹੜੀ ਪੰਜਾਬ ਦੀ ਇੱਕ ਤਸਵੀਰ ਆ ਜਿਹੜਾ ਇੰਨੇ ਜ਼ਿਆਦਾ ਹੜ੍ਹ ਆਏ ਨੇ ਉਨ੍ਹਾਂ ਨੂੰ ਲੈ ਕੇ ਜਿਹੜੀ ਪੰਜਾਬ ਨੇ ਜਿਹੜੀ ਸਥਿਤੀ ਰੱਖੀ ਆ ਪੰਜਾਬ ਚ ਕਰੀਬ ਜਿਹੜੇ ਅੰਕੜੇ ਸਾਹਮਣੇ ਆਏ ਨੇ ਕਿ ਕਰੀਬ ਕਰੀਬ ਸਵਾ 6 ਲੱਖ ਏਕੜ ਜਿਹੜੀ ਫਸਲਾਂ ਬਰਬਾਦ ਹੋਈ ਹੈ ਇਸ ਦੌਰਾਨ 54 ਪੰਜਾਬੀਆਂ ਦੀਆਂ ਜਾਨਾਂ ਗਈਆਂ ਨੇ ਤੇ 27000 ਦੇ ਕਰੀਬ ਪਸ਼ੂ ਵੀ ਮਰੇ ਨੇ ਪੰਜਾਬ ਸਰਕਾਰ ਵੱਲੋਂ ਕੇਂਦਰੀ ਜਿਹੜੇ ਮੈਕਮੇ ਦੀ ਜਿਹੜੀ ਟੀਮ ਆਈ ਕੇਂਦਰ ਸਰਕਾਰ ਦੀ ਉਹਦੇ ਚ ਰਿਪੋਰਟ ਪੇਸ਼ ਕੀਤੀ ਆ ਉਹਦੇ ਚ ਜਿਹੜੇ ਤੱਥ ਸਾਹਮਣੇ ਆਏ ਬੇਸ਼ੱਕ ਫਸਲਾਂ ਦੀ ਗਰਦੌਰੀ ਮੁਕੰਮਲ ਹੋਣੀ ਬਾਕੀ ਹੈ ਪਰੰਤੂ ਇਹ ਤਸਵੀਰ ਉਭਰੀ ਹੈ ਕਿ ਕਰੀਬ ਸਵਾ ਲੱਖ ਏਕੜ ਰਕਬਾ ਜਿਹੜਾ ਫਸਲੀ ਨੁਕਸਾਨ ਹੋਇਆ ਜਦਕਿ ਹੁਣ ਤੱਕ ਫਸਲੀ ਨੁਕਸਾਨ ਸਿਰਫ ਕਰੀਬ ਕਰੀਬ 2.5 ਲੱਖ ਏਕੜ ਹੀ ਦੱਸਿਆ ਜਾ ਰਿਹਾ ਪੰਜਾਬ ਸਰਕਾਰ ਨੇ ਫਸਲੀ ਨੁਕਸਾਨ ਦੀ ਪਰਭਾਈ ਲਈ 605 ਕਰੋੜ ਰੁਪਏ ਦਾ ਅਨੁਮਾਨ ਲਗਾਇਆ ਤੇ ਕੇਂਦਰ ਸਰਕਾਰ ਨੂੰ ਨਿਜ਼ਮਾ ਚ ਢਿੱਲ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ ਤਾਂ ਕਿ ਕਿਸਾਨਾਂ ਨੂੰ ਮੁੱਢਲੇ ਅਨੁਮਾਨਾਂ ਮੁਤਾਬਕ 1210 ਕਰੋੜ ਦਾ ਮਾਫਜਾ ਦਿੱਤਾ ਜਾ ਸਕੇ ਸੂਬੇ ਵਿੱਚ ਝੋਨੇ ਦੀ ਜਿਹੜੀ ਫਸਲ ਆ ਉਹ ਜ਼ਿਆਦਾ ਪ੍ਰਭਾਵਿਤ ਹੋਈ ਹੈ ਤੇ ਕੰਢੀ ਖੇਤਰ ਵਿੱਚ ਮੱਕੀ ਦੀ ਫਸਲ ਦਾ ਵੀ ਕਾਫੀ ਨੁਕਸਾਨ ਹੋਇਆ ਕੇਂਦਰੀ ਨਿਜ਼ਮਾ ਅਨੁਸਾਰ ਨੁਕਸਾਨੀ ਖੜੀ ਫਸਲ ਦਾ ਮੁਆਵਜ਼ਾ ਹੀ ਦਿੱਤਾ ਜਾ ਸਕਦਾ ਜਦੋਂ ਕਿ ਝੋਨੇ ਦੀ ਫਸਲ ਦੀ ਹਾਲੇ ਲਵਾਈ ਹੋਈ ਸੀ ਕੇਂਦਰੀ ਨਿਜ਼ਮ ਮੋਢਲੇ ਪੜਾਤ ਦੇ ਪੌਦਿਆਂ ਨੂੰ ਫਸਲ ਨਹੀਂ ਮੰਨਦੇ ਹੈ ਰਿਪੋਰਟ ਅਨੁਸਾਰ ਸੂਬੇ 'ਚ ਕੁੱਲ 547 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਜਦਕਿ 2645 ਜਿਹੜੇ ਮਕਾਨ ਉਹ ਅੱਧੇ ਡਿੱਗੇ ਨੇ ਤੇ ਪੰਜਾਬ ਨੇ ਕੇਂਦਰ ਤੋਂ ਕਰਾ ਵਾਸਤੇ ਪ੍ਰਤੀ 2,40,000 ਰੁਪਏ ਦੀ ਮੰਗ ਕੀਤੀ ਹੈ ਤੇ ਪੰਜਾਬ 'ਚ ਹੜ੍ਹਾਂ ਦਰਾਂ ਨਾਲ ਜੋ 54 ਪੰਜਾਬੀਆਂ ਦੀਆਂ ਮੌਤਾਂਆਂ ਹੀ ਉਸ ਦੇ ਵਾਰਸਾਂ ਨੂੰ ਨਿਜ਼ਮਾ ਅਨਸਾਰ 4 ਲੱਖ ਰੁਪਏ ਦੀ ਵਿੱਤੀ ਮਦਦ ਮਿਲਣੀ ਹੈ ਤੇ ਜਦੋਂ ਕਿ ਨਿਜ਼ਮਾ ਵਿੱਚ ਛੋਟ ਮਿਲਣ ਤੇ 8 ਲੱਖ ਰੁਪਏ ਦੀ ਸਹਾਇਤਾ ਮਿਲੇਗੀ ਪੰਜਾਬ ਸਰਨੇ ਨੇ ਮੰਗ ਕੀਤੀ ਹੈ ਕਿ ਨਿਜ਼ਮਾ ਦੇ ਵਿੱਚ ਢਿਲ ਵਰਤੀ ਜਾਵੇ ਸੂਬੇ ਅੰਦਰ 27640 ਪਸ਼ੂਆਂ ਦੀ ਵੀ ਮੌਤ ਹੋਈ ਹੈ ਜਿਨ੍ਹਾਂ ਦੇ ਮਾਲਕਾਂ ਨੂੰ ਵੀ ਮਾਪਜਾ ਰਾਸ਼ੀ ਆਫਤ ਰਾਹਤ ਫੰਡਾਂ ਵਿੱਚੋਂ ਹੀ ਮਿਲੇਗੀ ਹੜਾਂ ਕਾਰਨ ਬੁਨਿਆਦੀ ਢਾਂਚੇ ਦਾ ਵੱਡਾ ਨੁਕਸਾਨ ਹੋਇਆ ਹੜਾਂ ਕਰਕੇ ਪੰਜਾਬ ਦੇ ਦਰਿਆਵਾਂ ਚੋਵਾਂ ਅਤੇ ਨਹਿਰਾਂ ਵਿੱਚ ਕੁਲ ਕਰੀਬ 488 ਪਾੜ ਪਏ ਨੇ ਇਹਨਾਂ ਵਿੱਚੋਂ 254 ਪਾੜ ਕਲੇ ਨਹਿਰਾਂ ਵਿੱਚ ਪਏ ਨੇ ਇਸ ਲਈ ਕਰੀਬ 159 ਕਰੋੜ ਰੁਪਏ ਦੀ ਪੰਜਾਬ ਸਰਕਾਰ ਨੂੰ ਲੋੜ ਹੈ ਪੰਜਾਬ ਵਿੱਚ ਸੜਕਾਂ ਦੀ ਮੁਰੰਮਤ ਪਹਿਲਾਂ ਹੀ ਕੇਂਦਰ ਵੱਲੋਂ ਵਿਹਾਰਤੀ ਵਿਕਾਸ ਫੰਡਾਂ ਨੂੰ ਰੋਕੇ ਜਾਣ ਤੇ ਲਟਕੀ ਹੋਈ ਹੈ ਪਰ ਹੜਾਂ ਨੇ ਸੜਕਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਕੀਤਾ ਹੈ ਪਚਾਏ ਇਹਨਾਂ ਹੜ੍ਹਾਂ ਨਾਲ ਕਰੀਬ 2251 ਕਿਲੋਮੀਟਰ ਜਿਹੜੀਆਂ ਸੜਕਾਂ ਟੁੱਟੀਆਂ ਨੇ ਜਿਨ੍ਹਾਂ ਵਿੱਚੋਂ 1733 ਕਿਲੋਮੀਟਰ ਲਿੰਕ ਸੜਕਾਂ ਹਨ ਸੜਕਾਂ ਟੁੱਟਣ ਕਰਕੇ ਰਾਹਗੀਰਾਂ ਨੂੰ ਵੱਡੀ ਮੁਸ਼ਕਲ ਬਣੀ ਹੋਈ ਆ ਹੜਾਂ ਕਾਰਨ ਸਰਕਾਰੀ ਸਕੂਲਾਂ ਨੂੰ ਵੀ ਮਾਰ ਪਈ ਹੈ ਸਮੁੱਚੇ ਪੰਜਾਬ ਵਿੱਚ ਕੁੱਲ 197 ਜਿਹੜੇ ਸਰਕਾਰੀ ਸਕੂਲ ਹੜਾਂ ਕਨ ਪ੍ਰਭਾਵਤ ਹੋਏ ਨੇ ਰੂਪਨਗਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 277 ਸਕੂਲ ਪ੍ਰਭਾਵਤ ਹੋਏ ਨੇ ਜਦੋਂ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ 187 ਸਕੂਲ ਅਤੇ ਮਹਾਲੀ ਜ਼ਿਲ੍ਹੇ ਵਿੱਚ 163 ਸਕੂਲ ਵੀ ਆ ਕਰਕੇ ਪ੍ਰਭਾਵਿਤ ਹੋਏ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਵੀ ਸਭ ਤੋਂ ਵੱਧ ਮਾਰ ਚਲਣੀ ਪਈ 688 ਪ੍ਰਾਇਮਰੀ ਸਕੂਲ 185 ਮਿਡਲ ਸਕੂਲ 132 ਹਾਈ ਸਕੂਲ ਅਤੇ 112 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਵੀ ਮੀਂਹ ਨੇ ਪ੍ਰਭਾਵਿਤ ਕੀਤਾ ਇਸੇ ਦਰਾਂ ਹੜ੍ਹਾਂ ਨਾਲ ਕਰੀਬ 8 ਜ਼ਿਲ੍ਹਿਆਂ ਵਿੱਚ 41 ਸਿਹਤ ਕੇਂਦਰ ਵੀ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੀ ਮੁਰੰਮਤ ਲਈ ਫੌਰੀ ਫੰਡਾਂ ਦੀ ਜ਼ਰੂਰਤ ਹੈ ਇਸੇ ਤਰ੍ਹਾਂ ਪਿੰਡੂ ਜਲ ਘਰ ਦੀ ਵੀ ਹੜਾ ਮਾਰ ਹੀਟ ਆਈ ਹੈ ਸਕੀਮ ਕੁੱਲ 580 ਜਿਹੜੇ ਜਲ ਘਰਾਂ ਵਿੱਚੋਂ ਸਭ ਤੋਂ ਵੱਧ ਪਟਿਆਲੇ ਜ਼ਿਲ੍ਹੇ ਵਿੱਚ 229 ਜਿਹੜੇ ਪਿੰਡੂ ਜਲ ਘਰ ਹਨ ਉਹ ਪਾਣੀ ਵਿੱਚ ਡੁੱਬੇ ਹੋਏ ਹਨ ਪੰਜਾਬ ਸਰਕਾਰ ਦੀ ਪ੍ਰਮੁਖਤਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਤੇ ਜਾਨੀ ਨੁਕਸਾਨ ਤੋਂ ਇਲਾਵਾ ਪ੍ਰਭਾਵਿਤ ਘਰਾਂ ਦੀ ਪੂਰਤੀ ਕਰਨਾ ਵੀ ਹੈ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਆਖ ਚੁੱਕੇ ਨੇ ਕਿ ਚਾਹੇ ਕਿਸੇ ਦੀ ਮੁਰਗੀ ਦਾ ਨੁਕਸਾਨ ਹੋਵੇ ਚਾਹੇ ਬੱਕਰੀ ਦਾ ਨੁਕਸਾਨ ਹੋਵੇ ਹਰ ਇੱਕ ਨੂੰ ਜਿੰਦਾ ਵੀ ਨੁਕਸਾਨ ਹੋਵੇ ਉਹਦਾ ਮੁਆਵਜ਼ਾ ਦਿੱਤਾ ਜਾਏਗਾ ਚੇਤੇ ਰਹਿ ਕੇ ਕਿ ਕੌਮੀ ਆਫ਼ਤ ਰਾਹਤ ਫੰਡਾਂ ਵਿੱਚ 75% ਜਿਹੜੀ ਹਿੱਸੇਦਾਰੀ ਉਹ ਕੇਂਦਰ ਸਰਕਾਰ ਦੀ ਹੁੰਦੀ ਹੈ ਤੇ 25% ਜਿਹੜੀ ਹਿੱਸੇਦਾਰੀ ਉਹ ਸੂਬਾ ਸਰਕਾਰ ਪਾਉਂਦੀ ਹੈ ਜਿਹੜੇ ਪਰ ਜਿਹੜੇ ਨਿਜ਼ਮ ਨੇ ਉਹ ਕੇਂਦਰ ਸਰਕਾਰ ਦੇ ਨੇ ਇਸੇ ਕਰਕੇ ਬੀਤੇ ਜਿਹੜੇ ਜਿਹੜੇ ਮੁਖ ਸਕੱਤਰ ਰਾਗ ਵਰਮਾ ਸਾਹਿਬ ਦੇ ਨਾਲ ਕੇਂਦਰ ਤੋਂ ਜਿਹੜੀ ਆਈ ਟੀਮ ਆ ਉਹਨਾਂ ਨੇ ਮੀਟਿੰਗ ਕੀਤੀ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਜੋਰ-ਸ਼ੋਰ ਦੇ ਨਾਲ ਪੱਖ ਰੱਖਿਆਗਾ ਕਿ ਜਿਹੜੀ ਨਿਜ਼ਮਾ ਦੇ ਵਿੱਚ ਢਿਲ ਵਰਤੀ ਜਾਂ ਵੇਚ ਦਿੱਤਾ ਜਿਹੜੇ ਵਾਰਸ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਇਹਦੇ ਵਿੱਚ ਪਹਿਲੇ 4 ਲੱਖ ਰੁਪਏ ਮਿਲਦੇ ਨੇ ਪੰਜਾਬ ਦੀ ਮੰਗ ਆ ਕਿ ਉਹ 8 ਲੱਖ ਰੁਪਈਆ ਅਦਿੱਤਾ ਜਾਵੇ ਪ੍ਰਤੀਜੀ ਜਿਨ੍ਹਾਂ ਦਾ ਇਸ ਸਫਾਰੀ ਸੰਸਾਰ ਨੂੰ ਅਦਲ ਵਿਦਾ ਆ ਕੇ ਨੇ ਹੜਾਂ ਦੀ ਮਾਰ ਕਰ ਰਹੇ ਹਾਂ ਦੇਖਦੇ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ 6.5 ਲੱਖ ਏਕੜ ਫਸਲ ਬਰਬਾਦ ਹੋਈ ਆ 54 ਮਨੁੱਖੀ ਜਾਨਾਂ ਗਈਆਂ ਨੇ 27000 ਤੋਂ ਵੱਧ ਪਸ਼ੂ ਮਰੇ ਨੇ ਔਰ ਇਹ ਜਿਹੜੇ ਮਾਅਬਦਾ ਵੈ ਸਰਕਾਰ ਕਦੋਂ ਤੱਕ ਦਿੰਦੀ ਆ ਔਰ ਸੈਂਟਰ ਕਦੋਂ ਤੱਕ ਜਿਹੜੀ ਫੰਡ ਆ ਉਹ ਰਿਲੀਜ਼ ਕਰਦੀ ਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਹੀ ਤੁਹਾਡੇ ਤੋਂ ਲੈਂਦੇ ਆ ਗਿਆ ਪਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ